ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਛੇ ਛੇ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ, ਕੋਈ ਵੀ ਐਕਸਟਰਾ ਕੁੰਡਾ ਆਪਾਂ ਨੇ ਨਹੀਂ ਲੈਣਾ। ਮੈਂ ਸਿਲਾਈ ਦੇ ਉੱਪਰ ਛੇ ਛੇ ਕੁੰਡਿਆਂ ਦੇ ਹਿਸਾਬ ਨਾਲ 12 ਕੁੰਡੇ ਲਏ ਨੇ। ਸਟਾਰਟ ਕਰਦੇ ਹਾਂ ਜੀ ਆਪਾਂ ਡਿਜ਼ਾਇਨ ਬਣਾਉਣਾ। ਪਹਿਲੀ ਸਿਲਾਈ ਸਿੱਧੀ ਸਾਈਡ 3 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ 3 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 3 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ 3 ਕੁੰਡੇ ਉਲਟੇ। ਦੂਸਰੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਤੀਸਰੀ ਸਿਲਾਈ ਸੇਮ ਪਹਿਲੀ ਸਿਲਾਈ ਦੀ ਤਰ੍ਹਾਂ ਬੁਣਾਂਗੇ, 3 ਕੁੰਡੇ ਸਿੱਧੇ 3 ਕੁੰਡੇ ਉਲਟੇ, 3 ਕੁੰਡੇ ਸਿੱਧੇ 3 ਕੁੰਡੇ ਉਲਟੇ। ਚੌਥੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਪੰਜਵੀਂ ਸਿਲਾਈ ਸੇਮ ਪਹਿਲੀ ਅਤੇ ਤੀਸਰੀ ਸਿਲਾਈ ਦੀ ਤਰ੍ਹਾਂ ਬਣਾਵਾਂਗੇ, 3 ਕੁੰਡੇ ਸਿੱਧੇ 3 ਕੁੰਡੇ ਉਲਟੇ, 3 ਕੁੰਡੇ ਸਿੱਧੇ 3 ਕੁੰਡੇ ਉਲਟੇ। ਸੇਮੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਸੱਤਵੀਂ ਸਿਲਾਈ, ਸੱਤਵੀਂ ਸਿਲਾਈ ਵੱਲ ਖਾਸ ਧਿਆਨ ਦਿਓ। ਪਹਿਲਾ ਕੁੰਡਾ ਸਿੱਧਾ ਬਣਾਉਂਗੇ, ਧਾਗਾ ਆਪਣੀ ਸਾਈਡ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ। ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ, 3 ਕੁੰਡੇ ਸਿੱਧੇ ਬਣਾਉਂਗੇ, ਜਿਹੜੇ ਉਲਟੇ ਕੁੰਡੇ ਨੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਦਾਂਗੇ। 1 2 3 ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ, ਜਿਹੜੇ 3 ਕੁੰਡੇ ਸਿੱਧੇ ਨੇ ਇਹ 3 ਕੁੰਡਿਆਂ ਦਾ 1 ਕੁੰਡਾ ਕਰਾਂਗੇ ਉਲਟਾ ਬੁਣ ਕੇ। ਸਿਲਾਈ ਉੱਪਰ ਇਸ ਤਰ੍ਹਾਂ ਵਲ ਪਾਵਾਂਗੇ, ਜਿਹੜੇ ਉਲਟੇ ਕੁੰਡੇ ਨੇ ਇਹਨਾਂ ਨੂੰ ਸਿੱਧੇ ਬੁਣਾਂਗੇ। 1 2 3 ਦੇਖੋ, ਜਿਹੜਾ ਕੁੰਡਾ ਆਪਣਾ ਇੱਥੇ 1 ਘਟਿਆ ਉਹ ਆਹ ਵਾਲੀ ਨਾਲ ਵੱਧ ਗਿਆ, ਜਿਹੜਾ ਇੱਥੇ 1 ਘਟਿਆ ਉਹ ਆਪਣਾ ਆਹ ਵਾਲੀ ਨਾਲ ਵੱਧ ਗਿਆ, ਜਿਹੜਾ ਇਧਰਲੀ ਸਾਈਡ 'ਤੇ ਘਟਿਆ ਉਹ ਇਹ ਵਾਲੀ ਨਾਲ ਵੱਧ ਗਿਆ। ਅੱਠਵੀਂ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਨੌਵੀਂ ਸਿਲਾਈ ਸਿੱਧੇ ਕੁੰਡਿਆਂ ਦੇ ਉੱਤੇ ਉਲਟੇ ਕਰਾਂਗੇ, ਉਲਟਿਆਂ ਦੇ ਉੱਤੇ ਸਿੱਧੇ, 3 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 3 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ 3 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 3 ਕੁੰਡੇ ਸਿੱਧੇ। ਦਸਵੀਂ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਗਿਆਰਵੀਂ ਸਿਲਾਈ 3 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 3 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ 3 ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ 3 ਕੁੰਡੇ ਸਿੱਧੇ। ਬਾਰਵੀਂ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ।
13वीं सिलाई तीन कुंडे उल्टे धागा दूसरी साइड तीन कुंडे सीधे धागा अपनी साइड तीन कुंडे उल्टे धागा दूसरी साइड तीन कुंडे सीधे 14वीं सिलाई सारी उल्टी बुन के कंप्लीट करांगे। पंद्रहवीं सिलाई पहले तीन कुंडे एक कुंडा आप इस तरह उल्टा सॉरी सीधा बनावेंगे एक दो तीन तीन कुंडे सीधे बनावेंगे सिलाई उपर इस तरह बल पावे जेडे तीन कुंडे सीधे ने इन्हों तीन कुंडे का एक कुंडा बनावेंगे उल्टा बुनते हुए सिलाई उपर इस तरह बल पावे तीन कुंडे सीधे बनाएंगे जेडे उल्टे कुंडे ने एक दो तीन सिलाई उपर इस तरह बल पावे दो कुंडिया का एक कुंडा करांगे जेडे लास्ट के कुंडे ने उन्हां दा दो कुंडियां दा एक कुंडा हो जिहड़ा इहदा शुरू दे कुंडे ने उन्हां दा दो कुंडियां दा एक कुंडा हो जिहड़े विचकार जिन्ने भी डिजाइन आउणगे सारिआं दे तिन्न कुंडियां दा एक कुंडा बणा सोलहवीं सिलाई उल्टी बुन के कंप्लीट करांगे इन्हां 16 सिलाइयां बार बार रिपीट करते जाओ तो एक शानदार डिजाइन तैयार करते जाओ। वीडियो लाइक शेयर और चैनल सब्सक्राइब जरूर करो जी। थैंक यू।